ਲੁਧਿਆਣਾ ਦੇ ਬਸੰਤ ਐਵੇਨਿਊ 'ਚ ਦਿਨ ਦਿਹਾੜੇ ਪ੍ਰਾਪਰਟੀ ਡੀਲਰ ਦੇ ਘਰ 'ਚ ਵੜੇ ਚਾਰ ਲੁਟੇਰਿਆਂ ਨੇ ਗਨ ਪੁਆਇੰਟ ਤੇ 15 ਲੱਖ ਰੁਪਏ ਦੀ ਨਗਦੀ, ਲੱਖਾਂ ਦੇ ਗਹਿਣੇ ਤੇ ਹੋਰ ਕੀਮਤੀ ਸਮਾਨ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦਿੱਤਾ। ਘਟਨਾ ਸਵੇਰ ਦੀ ਹੈ। ਪ੍ਰਾਪਰਟੀ ਡੀਲਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਘਰ 'ਚ ਉਹ ਆਪ ਤੇ ਉਸਦੀ ਪਤਨੀ ਕਮਲਪ੍ਰੀਤ ਕੌਰ, ਇੱਕ ਬੇਟਾ ਤੇ ਨੌਕਰਾਣੀ ਰਹਿੰਦੇ ਹਨ। ਉਸਦਾ ਇੱਕ ਵੱਡਾ ਬੇਟਾ ਵਿਦੇਸ਼ ਰਹਿੰਦਾ ਹੈ। ਘਟਨਾ ਵਾਲੇ ਦਿਨ ਉਹ ਕਿਤੇ ਬਾਹਰ ਕੰਮ ਤੇ ਗਿਆ ਹੋਇਆ ਸੀ, ਜਦਕਿ ਉਸਦਾ ਦੂਜਾ ਬੇਟਾ ਸਕੂਲ ਗਿਆ ਹੋਇਆ ਸੀ। ਤਦ ਚਾਰ ਲੁਟੇਰੇ ਗੇਟ ਖੋਲ੍ਹ ਕੇ ਇਕਦਮ ਘਰ ਦੇ ਅੰਦਰ ਦਾਖਲ ਹੋ ਗਏ। ਲੁਟੇਰਿਆਂ ਨੇ ਆਉਂਦੇ ਹੀ ਨੌਕਰਾਣੀ ਨੂੰ ਦਬੋਚ ਲਿਆ ਤੇ ਕਮਰੇ 'ਚ ਬੰਦ ਕਰ ਦਿੱਤਾ। ਕਮਲਪ੍ਰੀਤ ਕੌਰ ਨੇ ਦੱਸਿਆ ਕਿ ਦੋ ਲੁਟੇਰਿਆਂ ਦੇ ਕੋਲ ਗਨ ਸੀ, ਜਿਸ ਦੇ ਦਮ ਤੇ ਲੁਟੇਰਿਆਂ ਨੇ ਉਸਨੂੰ ਗੋਲੀ ਮਾਰ ਦੇਣ ਦੀ ਧਮਕੀ ਦੇ ਕੇ ਨਗਦੀ ਤੇ ਗਹਿਣੇ ਦੇਣ ਲਈ ਕਿਹਾ, ਜੋ ਕਿ ਉਸਦੇ ਪਤੀ ਕੱਲ੍ਹ ਹੀ ਪ੍ਰਾਪਰਟੀ ਦੇ ਸੌਦੇ ਦੇ ਸੰਬੰਧ ਵਿੱਚ ਘਰ ਲੈ ਕੇ ਆਏ ਸਨ। ਪਰ ਜਦ ਉਸਨੇ ਦੇਣ ਤੋਂ ਮਨਾ ਕਰ ਦਿੱਤਾ ਤਾਂ ਉਹਨਾਂ ਨੇ ਸਫਾਈ ਕਰ ਰਹੀ ਸੀ, ਦਰਵਾਜ਼ਾ ਖੁੱਲ੍ਹਾ ਸੀ, ਉਹ ਸਿੱਧੇ ਅੰਦਰ ਆ ਕੇ ਮੇਰੇ ਨੂੰ ਬੰਨਿਆ, ਦਰਵਾਜ਼ੇ ਬੰਦ ਕਰਤੇ ਤੇ ਉਹਨਾਂ ਨੂੰ ਸੀ ਵੀ ਕੈਸ਼ ਹੈ ਤੁਹਾਡੇ ਘਰ, ਕੈਸ਼ ਪਿਆ, ਦੇ ਦਿਓ ਕੈਸ਼। ਕਿੰਨਾ ਕੈਸ਼ ਸੀ ਉਹ? ਕੋਈ ਇਹਨਾਂ ਦੀ ਪੇਮੈਂਟ ਆਈ ਹੋਈ ਸੀ ਉਹਨਾਂ ਦਾ? ਕਿਸ ਤਰ੍ਹਾਂ, ਕਿੰਨੇ ਕੁ ਬੰਦੇ ਸੀ? ਹੋਰ ਕੋਈ ਚਾਰ ਬੰਦੇ ਉਹਨੇ ਫੇਸ ਕਵਰ ਕੀਤੇ ਹੋਈ ਸੀ? ਕੋਈ ਹਥਿਆਰ ਸੀ ਉਹਨਾਂ ਕੋਲ? ਹਾਂ ਗਾ, ਉਹਨਾਂ ਕੋਲ ਕੰਮ ਸੀ ਦੋ ਬੰਦੇ। ਪੁਲਿਸ ਪਹੁੰਚੀ ਹੈ, ਪੁਲਿਸ ਨੇ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ? ਉਹ ਲੱਭ ਰਹੇ ਫੇਸ ਕਵਰ ਕੀਤੇ ਉਸ ਨਾਲ ਕਿਸੇ ਦਾ ਕੋਈ ਡਾਊਟ ਹੋਵੇ। ਪੁਲਿਸ ਕਿੰਨੀ ਦੇਰ ਬਾਅਦ ਆ ਗਈ ਸੀ ਮੈਡਮ ਜੀ? ਅਸੀਂ ਕਾਲ ਕੀਤੀ ਕਿੱਦਾਂ ਨਾਲ ਕਿਤੇ ਬਾਹਰ ਕੈਸ਼ ਨਾਲ ਹੋਰ ਕੀ ਲੈ ਗਏ ਜੀ? ਮੇਰਾ ਇੱਕ ਜੁਲਰੀ ਬਾਕਸ ਹੀ ਹੈ ਤੇ ਉਹਦੇ ਚ ਆਰਟੀਫਿਸ਼ੀਅਲ ਸੀ, ਦੋ ਮੁੰਦਰੀਆਂ ਸੀ, ਉਹ ਜੁ ਆਰਟੀਫਿਸ਼ੀਅਲ ਸਾਰਾ ਉਹਨਾਂ ਨੇ ਬੈਗ 'ਚ ਪਾ ਲਿਆ। ਇੱਕ ਇਹਦਾ ਲੈਪਟਾਪ ਸੀ, ਮਤਲਬ ਉਹ ਸਾਰਾ ਹੈ ਬੈਗ ਪੂਰਾ ਡੱਬਾ ਨਾ ਆਰਟੀਫਿਸ਼ੀਅਲ, ਬਸ ਉਹਨੂੰ ਪੂਰਾ ਲੁੱਧ ਕੇ ਲੈ ਗਏ। ਦੋ ਹੀ ਮੁੰਦਰੀਆਂ ਸੀ ਉਹਦੇ, ਇੱਕ ਮੁੰਦਰੀ ਮੇਰੇ ਕੋਲੋਂ ਲਵਾਈ। ਉਹ ਕਿਸੇ ਗੱਡੀ 'ਚ ਆਏ ਜਾਂ ਬਾਈਕ 'ਚ ਆਏ, ਕੁਛ ਪਤਾ? ਅੰਦਰ ਬੋਲਦੇ ਸੀ ਕਿ ਬਾਈਕ ਲੈ ਕੇ ਆਓ, ਬਾਹਰ ਸਾਨੂੰ ਜਾ ਨਹੀਂ। ਚਾਰ ਬੰਦੇ ਆ ਕੇ ਕੈਸ਼ ਜਿਹੜਾ ਪਿਆ ਸੀ ਉਹ ਲੈ ਕੇ ਕੌਣ ਕਰ ਰਹੇ ਨੇ? ਨਹੀਂ, ਹੋਰ ਇੱਕ ਲੈਪਟਾਪ ਸੀ, ਅਸੀਂ ਕੇਸ ਟੈਸਟ ਕਰ ਰਹੇ ਹਾਂ, ਫਿਰ ਇਨਵੈਸਟੀਗੇਸ਼ਨ ਚੱਲ ਰਿਹਾ। ਉਹ ਆ ਗਿਆ ਕਾਫੀ ਲੇਟ ਕਰੇ, ਕੰਮ ਖੜਾ ਤਾਂ ਮਾਈ ਬੰਦ ਕਰਨ ਲੱਗ ਗਈ। ਅੱਛਾ ਜੀ, ਪਲੇਸ ਕਰ। ਕਿੰਨੇ ਬੰਦੇ ਸੀ? ਚਾਰ ਬੰਦੇ। ਕਿੰਨਾ? ਚਾਰ ਬੰਦੇ ਆਏ, ਉਹਨਾਂ ਨੇ ਲੇਡੀਜ਼ ਕਰਕੇ ਉਹਨਾਂ ਨੂੰ ਸਾਨੂੰ ਮਿਲੇ ਨੇ ਕਲੂ। ਅੱਛੇ, ਪਾਰਟ ਆਫ ਇਨਵੈਸਟੀਗੇਸ਼ਨ ਮੈਂ ਡਿਸਕਲੋਜ਼ ਨਹੀਂ ਕਰ ਸਕਦਾ, ਆਪਣੀ ਛੇਤੀ ਕਰ ਲਾਂਗੇ। ਜਿਸ ਤੇ ਉਸਨੇ ਲੁਟੇਰਿਆਂ ਨੂੰ ਚਾਬੀਆਂ ਦੇ ਦਿੱਤੀਆਂ। ਲੋਕਰ ਨਾ ਖੁੱਲਣ ਤੇ ਲੁਟੇਰਿਆਂ ਨੇ ਉਸਨੂੰ ਤੋੜ ਦਿੱਤਾ ਤੇ ਕਈ ਹੋਰ ਅਲਮਾਰੀਆਂ ਦੀ ਫਰੋਲਾ ਫਰਾਲੀ ਕੀਤੀ, ਜਿਸ ਤੇ ਉਹਨਾਂ ਨੇ 15 ਲੱਖ ਕੈਸ਼, ਇੱਕ ਡਾਇਮੰਡ ਰਿੰਗ, ਦੋ ਸੋਨੇ ਦੀਆਂ ਮੁੰਦਰੀਆਂ ਤੇ ਇੱਕ ਲੈਪਟਾਪ ਤੇ ਹੱਥ ਸਾਫ਼ ਕਰ ਦਿੱਤਾ। ਪੁਲਿਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ, ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਜਾਏਗਾ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ, ਖਾਸ ਕਰਕੇ ਮਹਿਲਾਵਾਂ ਨੂੰ, ਕਿ ਜੇਕਰ ਉਹ ਘਰ ਵਿੱਚ ਇਕੱਲੀਆਂ ਹਨ ਤਾਂ ਮੇਨ ਗੇਟ ਤੇ ਮੇਨ ਦਰਵਾਜ਼ਾ ਚੰਗੀ ਤਰ੍ਹਾਂ ਲੌਕ ਕਰਕੇ ਰੱਖਣ। ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ ਦੀ ਰਿਪੋਰਟ।